ਤੁਹਾਨੂੰ ਇਹਦਾ ਬਰੀਫਲੀ ਦੱਸ ਦਿੰਦਾ ਕਿ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਟੀ ਵੀ ਦੇ ਉੱਤੇ ਲਾਈਵ ਚੱਲੀ ਸੀਗੀ। ਉਸ ਦੋ ਇੰਟਰਵਿਊਜ਼ ਦੇ ਰਿਗਾਰਡਿੰਗ ਇੱਕ ਅਸੀਂ ਰਿਟ ਪਟੀਸ਼ਨ ਹਾਈਕੋਰਟ 'ਚ ਲਗਾਈ ਸੀਗੀ ਮਾਨਯੋਗ ਹਾਈਕੋਰਟ ਦੇ ਵਿੱਚ। ਉਹਦੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਨਿਰਮਾਣ ਕੀਤਾ ਗਿਆ ਸੀ ਜਿਹਨੂੰ ਕਿ ਡੀ ਪ੍ਰਮੋਦ ਕੁਮਾਰ ਜੀ ਲੀਡ ਕਰ ਰਹੇ ਸੀਗੇ। ਅੱਜ ਪ੍ਰਮੋਦ ਕੁਮਾਰ ਜੀ ਨੇ ਮਾਨਯੋਗ ਕੋਰਟ ਦੇ ਅੱਗੇ ਆਪਦਾ ਸਟੇਟਸ ਰਿਪੋਰਟ ਦਿੱਤੀ ਹੈ ਕਿ ਉਹਨਾਂ ਨੇ ਹੁਣ ਤੱਕ ਕੀ ਕਾਰਵਾਈ ਕੀਤੀ। ਦੋ ਪਰਚੇ ਜਿਹੜੇ ਨੇ ਇਸ ਕੇਸ ਦੇ ਵਿੱਚ ਦਰਜ ਕੀਤੇ ਜਾ ਚੁੱਕੇ ਨੇ ਦੋਨਾਂ ਇੰਟਰਵਿਊਜ਼ ਦੇ ਰਿਗਾਰਡਿੰਗ। ਬਹੁਤ ਸਾਰੇ ਗਵਾਹਾਂ ਦੀਆਂ ਉਹਨਾਂ ਨੇ ਟੈਸਟੀਮਨੀਜ਼ ਜਿਹੜੀਆਂ ਨੇ ਉਹ ਲਈਆਂ ਨੇ ਔਰ ਇਹ ਪਤਾ ਚੱਲਿਆ ਕਿ ਕਿਹੜੀਆਂ ਡੇਟਾਂ ਨੂੰ ਉਹ ਇੰਟਰਵਿਊਜ਼ ਜਿਹੜੀਆਂ ਸੀਗੀਆਂ ਉਹ ਹੋਲਡ ਹੋਈਆਂ ਸੀਗੀਆਂ। ਜਿੱਥੋਂ ਦੀ ਇਹ ਪਤਾ ਕਰਨਾ ਹੁਣ ਕਾਫੀ ਆਸਾਨ ਹੋ ਗਿਆ ਕਿ ਕਿਹੜੇ ਵਿਅਕਤੀ ਸੀਗੇ ਜਿਨ੍ਹਾਂ ਦੇ ਕਸਟਡੀ ਦੇ ਵਿੱਚ ਉਸ ਟਾਈਮ 'ਤੇ ਲਾਰੈਂਸ ਬਿਸ਼ਨੋਈ ਸੀਗਾ ਜਿਹਦੇ ਟਾਈਮ ਦੇ ਉੱਤੇ ਇੰਟਰਵਿਊਜ਼ ਹੋਈਆਂ। ਲੇਕਿਨ ਅੱਜ ਕੋਰਟ ਦੇ ਵਿੱਚ ਇਹ ਫਾਈਨਲ ਨਹੀਂ ਹੋਇਆ, ਉਹਦੇ ਵਾਸਤੇ ਥੋੜ੍ਹਾ ਟਾਈਮ ਜਿਹੜਾ ਹੋਰ ਦਿੱਤਾ ਗਿਆ ਜਿਹੜਾ ਕਿ ਆਪਾਂ ਨੂੰ ਬੜੀ ਛੇਤੀ ਸਾਹਮਣੇ ਆ ਜਾਏਗਾ ਕਿ ਕਿਹੜੇ ਸਟੇਟ ਦੇ ਵਿੱਚ ਇਹ ਇੰਟਰਵਿਊ ਹੋਈ ਸੀਗੀ ਔਰ ਕਿਹੜੇ ਬੰਦਿਆਂ ਦੀ ਕਸਟਡੀ ਦੇ ਵਿੱਚ ਇੰਟਰਵਿਊ ਹੋਈ ਸੀਗੀ। ਇਸ ਤੋਂ ਇਲਾਵਾ ਪ੍ਰਮੋਦ ਕੁਮਾਰ ਜੀ ਦੀ ਸਟੇਟਮੈਂਟ ਤੋਂ ਅਤੇ ਉਹਨਾਂ ਦੀ ਜਿਹੜੀ ਸਟੇਟਸ ਰਿਪੋਰਟ ਸੀਗੀ ਉੱਥੋਂ ਇਹ ਪਤਾ ਚੱਲਿਆ ਕਿ ਸਿਗਨਲ ਐਪ ਦੇ ਜ਼ਰੀਏ ਇਹ ਇੰਟਰਵਿਊ ਕੰਡਕਟ ਕੀਤੀ ਗਈ ਸੀ। ਜਿਹੜੀ ਡਿਵਾਈਸ ਦੇ ਉੱਤੋਂ ਦੀ ਇਹ ਇੰਟਰਵਿਊ ਕੰਡਕਟ ਕੀਤੀ ਗਈ ਸੀਗੀ ਉਹ ਵੀ ਉਹਨਾਂ ਨੇ ਕਬਜ਼ੇ 'ਚ ਲੈ ਲਈ ਹੈ ਔਰ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹਦੀ ਅੱਗੋਂ ਦੀ ਅਗਵਾਈ ਕਰਨ ਵਾਸਤੇ ਕੋਰਟ ਤੋਂ ਜਿਹੜੇ ਸੰਮਨ ਜਿਹੜੇ ਨੇ ਉਹ ਜਾਰੀ ਕਰਾ ਲਿੱਤੇ ਗਏ ਨੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਮੁਕੱਦਮਾ ਜਿਹੜਾ ਹੈਗਾ ਆਪਦੇ ਸਿਰੇ 'ਤੇ ਪਹੁੰਚੇਗਾ। ਮੋਬਾਈਲ ਫੋਨ ਨੂੰ ਲੈ ਕੇ ਵੀ ਜਦੋਂ ਅੱਜ ਏਡੀਜੀਪੀ ਅਰੁਣਵਾਲ ਵਗੈਰਾ ਤੋਂ ਕੁਝ ਕੀਤੇ ਗਏ ਨੇ। ਹਾਂਜੀ, ਉਹ ਜਿਹੜਾ ਦੂਜਾ ਮੁੱਦਾ ਹੈ ਜੀ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸਿਕਿਉਰਿਟੀ ਮੈਜਰਸ ਬਹੁਤ ਘੱਟ ਨੇ, ਖਾਸ ਕਰਕੇ ਜਿਹੜੀਆਂ ਹਾਈ ਸਿਕਿਉਰਿਟੀ ਜੇਲ੍ਹਸ ਕਹੀਆਂ ਜਾਂਦੀਆਂ ਨੇ ਜਿਵੇਂ ਕਿ ਬਠਿੰਡਾ ਅਤੇ ਨਾਭਾ। ਉੱਥੇ ਮਾਨਯੋਗ ਕੋਰਟ ਨੇ ਇਹ ਪਾਇਆ ਕਿ ਸਟਾਫ ਦੀ ਬਹੁਤ ਕਮੀ ਹੈ। ਰੈਦਰ ਪੰਜਾਬ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਵੀ ਤੁਹਾਡੇ ਕੋਲੋਂ ਇਹ ਜਿਹੜੀਆਂ ਰਿਕਰੂਟਮੈਂਟਸ ਕਰੋ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਘੱਟ ਹੈ ਪੁਲਿਸ ਅਧਿਕਾਰੀਆਂ ਦਾ ਉਹਨਾਂ ਨੂੰ ਪੂਰਾ ਕਰੋ, ਲੇਕਿਨ ਉਹਦੇ ਵਿੱਚ ਟਾਈਮ ਲੱਗੇਗਾ। ਇਸ ਕਰਕੇ CRPF ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਉਹ ਬੁਲਾਈਆਂ ਜਾ ਰਹੀਆਂ ਨੇ ਤਾਂ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸੁਰੱਖਿਆ ਜਿਹੜੀ ਹੈ ਉਹ ਮਜ਼ਬੂਤ ਕੀਤੀ ਜਾਵੇ। ਥੋੜ੍ਹਾ ਟਾਈਮ ਹਾਲੇ ਕੋਰਟ ਨੇ ਹੋਰ ਦਿੱਤਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਸਾਨੂੰ ਰਿਪੋਰਟ ਦਿਓ ਕਿ ਕਿੰਨੀ ਜਲਦੀ ਤੁਸੀਂ ਕੋਰਟਾਂ ਜੇਲ੍ਹਾਂ ਦੇ ਵਿੱਚ ਜਿਹੜੇ ਜੈਮਰਸ ਨੇ ਜਾਂ ਇੰਟਰਨੈਟ ਦੀ ਜਿਹੜੀ ਫੈਸਿਲਿਟੀਜ਼ ਨੂੰ ਬੰਦ ਕਰਾਉਣ ਵਾਸਤੇ ਜੋ ਕਾਰਵਾਈ ਹੈ ਉਹ ਕਿੰਨੀ ਦੇਰ ਦੇ ਵਿੱਚ ਪੂਰੀ ਕਰੋਗੇ? ਅਗਲੀ ਤਰੀਕ ਹਾਲੇ ਕੋਰਟ ਨੇ ਨਹੀਂ ਦਿੱਤੀ ਹੈ ਜੀ, ਸ਼ਾਮ ਨੂੰ 31 ਮਾਰਚ ਦੀ ਡੇਟ ਪਈ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤਾਂਤਰਿਕ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਚ ਸਮਾਧਾਨ। ਫ੍ਰੀ ਆਰਕੇ ਤਾਂਤਰਿਕ। ਮੋਬਾਈਲ 9518-5503-7105-98-475। ਪਤਾ ਪੰਜਾਬ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।